ਕਹਿੰਦੇ ਹਨ ਕਿ ਕਈ ਵਾਰ ਤੇ ਰਫ਼ਤਾਰੀ ਇਨਸਾਨ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਦਿੰਦੀ ਹੈ, ਪਰ ਫਿਰ ਵੀ ਵਾਹਨ ਚਾਲਕ ਬਿਨਾਂ ਪਰਵਾਹ ਕੀਤੇ ਗੱਡੀ ਨੂੰ ਬੜੀ ਹੀ ਅਣਗਹਿਲੀ ਨਾਲ ਚਲਾਉਂਦੇ ਨੇ ਤੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਫਗਵਾੜਾ ਦੇ ਮੁੱਖ GT ਰੋਡ ਤੇ ਸਥਿਤ ਹਵੇਲੀ ਨਜ਼ਦੀਕ, ਜਿੱਥੇ ਕਿ ਦੋ ਗੱਡੀਆਂ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੇ ਚੱਕਰ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈਆਂ। ਇਸ ਹਾਦਸੇ ਵਿੱਚ ਇੱਕ ਗੱਡੀ ਵੀ ਸਵਾਰ 5 ਵਿਅਕਤੀਆਂ ਵਿੱਚੋਂ 2 ਸਵਾਰੀਆਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇੱਕ ਵਿਅਕਤੀ ਦੇ ਦੱਸਣ ਮੁਤਾਬਕ ਕਾਰ ਚਾਲਕ ਜਲੰਧਰ ਤੋਂ ਮਲੇਰਕੋਟਲਾ ਜਾ ਰਹੇ ਸਨ। ਹਾਂਜੀ ਸਰ, ਕੀ ਮਾਮਲਾ, ਕੀ ਜਿਹੜਾ ਇਹ ਐਕਸੀਡੈਂਟ ਹੋਇਆ, ਇਹਦੇ ਬਾਰੇ ਜਾਣਕਾਰੀ? ਫਗਵਾੜੇ ਰੋਡ ਤੋਂ ਆਪਣਾ ਜਲੰਧਰ ਤੋਂ ਆ ਰਹੇ ਸੀਗੇ, ਇੱਥੇ ਮਲੇਰਕੋਟਲੇ ਜਾ ਰਹੇ ਸੀਗੇ ਅਤੇ ਗੱਡੀ ਦਾ ਐਕਸੀਡੈਂਟ ਹੋਇਆ। ਕਿੰਨੇ ਵਿਅਕਤੀ ਸੀਗੇ ਗੱਡੀ ਦੇ ਵਿੱਚ? 5 ਸੀਗੇ ਜੀ। 5 ਠੀਕ ਆ ਸਵਾਰੀਆਂ? ਹਾਂਜੀ ਠੀਕ ਹੈਗੇ, ਮਾੜੀ ਮੋਟੀ ਸੱਟਾਂ ਲੱਗੀਆਂ, ਬਾਕੀ ਠੀਕ ਹੈਗੇ। ਅਤੇ ਸਿਵਲ ਹੋਸਪਿਟਲ 'ਚ ਐਡਮਿਟ ਕੀਤਾ ਹੋਇਆ। ਅਤੇ ਹੋਇਆ ਕਿੱਦਾਂ ਇਹ ਐਕਸੀਡੈਂਟ? ਸਰ ਇਹ ਮੌਕੇ 'ਤੇ ਉਹਨਾਂ ਨੂੰ ਪਤਾ, ਮਤਲਬ ਬਾਕੀ ਮੈਂ ਤਾਂ ਹੁਣ ਪੁੱਛੇ ਇੱਥੇ। ਕਿਸ ਕਿਸ ਦੇ ਵਿੱਚ ਹੋਏ, ਕਿਹੜੀ ਕਿਹੜੀ ਗੱਡੀ ਦੇ ਵਿੱਚ ਹੋਇਆ ਐਕਸੀਡੈਂਟ ਸਰ? ਇਹ ਸਰ ਇਹਨਾਂ ਦੀ ਸੀਗੀ ਜ਼ੈਨ ਸੀਗੀ, ਅਤੇ ਜਿਹਨਾਂ ਦੀ ਦੂਜੀ ਗੱਡੀ ਹੈਗੀ ਉਹਨਾਂ ਦੀ ਇੰਡੀਕਾ। ਇੰਡੀਕਾ? ਹਾਂਜੀ। ਅਤੇ ਸਵਾਰੀਆਂ ਹੁਣ ਦੋਨੇ ਸਾਈਡ ਠੀਕ ਹੈਗੀ ਜੀ। ਅਤੇ ਮਾਮਲਾ ਕੀ ਹੈ? ਜਿਹੜਾ ਅੰਮ੍ਰਿਤਸਰ ਤੋਂ ਆ ਰਿਹਾ ਸੀ, ਪਿੱਛੋਂ ਆ ਕੇ ਮੇਰੀ ਗੱਡੀ 'ਚ ਗੱਡੀ ਠੋਕ, ਗੱਡੀ ਠੋਕਣ ਨਾਲ ਇੰਨੀ ਉੱਚੀ ਚੱਕ ਹੋ ਗਈ, ਬੈਲਟ ਮੇਰੇ ਲੱਗੀ ਸੀ, ਮੇਰਾ ਬਚਾਅ ਹੋ ਗਿਆ, ਇਹਦੇ ਕੋਲ ਸੱਟ ਨਹੀਂ ਲੱਗੀ। ਅਤੇ ਕਿੱਥੋਂ ਕਿੱਥੇ ਜਾ ਰਹੇ ਸੀ ਤੁਸੀਂ? ਮੈਂ ਅੰਮ੍ਰਿਤਸਰ ਤੋਂ ਫਲੋਰ ਜਾ ਰਿਹਾ ਸੀ, ਕੱਲ੍ਹ ਮੈਂ ਫਲੋਰ ਤੋਂ ਅੰਮ੍ਰਿਤਸਰ ਗਿਆ ਸੀ, ਅੱਜ ਅਸੀਂ ਉੱਥੋਂ ਆ ਕੇ ਆ ਰਹੇ ਸੀ ਅੰਮ੍ਰਿਤਸਰ। ਅਤੇ ਬੰਦੇ ਠੀਕ ਆ? ਹਾਂ ਬੰਦੇ ਸਾਡੇ ਬਾਣੀ ਮੁੱਠੇ ਸੱਟਾਂ ਲੱਗੀਆਂ, ਮੁੱਦਾ ਠੀਕ ਆ, ਬਚਾਅ ਹੋ ਗਿਆ, ਉਹ ਮੱਥਾ ਟੇਕਾ ਸਾਡਾ ਕੰਮ ਆ ਗਿਆ। ਅਤੇ ਤੁਸੀਂ ਹਰਿਮੰਦਰ ਸਾਹਿਬ ਤੋਂ ਆ ਰਹੇ? ਹਰਿਮੰਦਰ ਸਾਹਿਬ ਤੋਂ ਆ ਰਹੇ। ਅਤੇ ਜਾਣਾ ਕਿੱਥੇ ਸੀਗਾ? ਜਾਣਾ ਫਲੋਰ ਸੀ। ਉਧਰ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਹਸਪਤਾਲ ਵਿਖੇ ਹਾਦਸੇ ਵਿੱਚ ਜ਼ਖਮੀ ਹੋਏ ਪਤੀ ਪਤਨੀ ਆਏ ਸਨ, ਜਿਨ੍ਹਾਂ ਦਾ ਮੁੱਢਲਾ ਇਲਾਜ ਕੀਤਾ ਗਿਆ ਅਤੇ ਦੋਵਾਂ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ। ਸਾਡੇ ਕੋਲ ਐਕਚੁਲੀ 4:20 ਦੇ ਕਰੀਬ ਨਾ ਪੇਸ਼ੈਂਟ ਆਇਆ ਹੈਗਾ ਹੈ, 2 ਜਣੇ ਆਏ ਹੈਗੇ ਐਕਸੀਡੈਂਟ, ਰੋਡ ਸਾਈਡ ਐਕਸੀਡੈਂਟ ਦੇ ਨਾਲ, ਅਤੇ ਹਸਬੈਂਡ ਵਾਈਫ ਸੀਗੇ, ਯੰਗ ਹਸਬੈਂਡ ਵਾਈਫ ਹੈਗੇ, ਮਲੇਰਕੋਟਲੇ ਦੀ ਫੈਮਿਲੀ ਸੀਗੀ, ਅਤੇ ਜੋ ਵੀ ਉਹਨਾਂ ਨੇ ਦੱਸਿਆ ਉਹਨਾਂ ਦੀ ਹਵੇਲੀ ਦੇ ਲਾਗੇ ਐਕਸੀਡੈਂਟ ਹੋਇਆ, ਉਸ ਤੋਂ ਬਾਅਦ 'ਚ ਉਹਨਾਂ ਨੂੰ ਜੋ ਬਣਦਾ ਟ੍ਰੀਟਮੈਂਟ ਅਸੀਂ ਦਿੱਤਾ ਹੈਗਾ, CT ਸਕੈਨ, ਐਕਸਰੇਜ਼ ਵਗੈਰਾ ਲਿਖੇ ਹੈਗੇ, ਅਤੇ ਬਾਕੀ ਇਹ ਜਨਰਲ ਓਬਜ਼ਰਵੇਸ਼ਨ ਹੈਗੇ ਸਾਡੇ ਕੋਲ, ਅਤੇ ਟ੍ਰੀਟਮੈਂਟ ਚੱਲ ਰਿਹਾ। ਅਤੇ ਮੈਡਮ ਕੰਡੀਸ਼ਨ ਕਿੱਦਾਂ? ਕੰਡੀਸ਼ਨ ਸਟੇਬਲ ਹੈ ਫਿਲਹਾਲ, ਸਟੇਬਲ ਹੈ, ਲੜਕੇ ਦੀ ਸਟੇਬਲ ਹੈ, ਜਿਹੜੀ ਵਾਈਫ ਹੈ ਅਜੇ ਉਹਦੀ ਅੰਡਰ ਓਬਜ਼ਰਵੇਸ਼ਨ ਹੈ। ਟੋਟਲ ਕਿੰਨੇ ਵਿਅਕਤੀ ਹੈ ਮੈਡਮ? ਹਾਂਜੀ ਟੋਟਲ ਕਿੰਨੇ ਵਿਅਕਤੀ ਆਏ ਹੈ? ਟੋਟਲ 2 ਜਣੇ ਆਏ ਸਾਡੇ ਕੋਲ ਤਾਂ ਉਸ ਐਕਸੀਡੈਂਟ ਦੇ ਸੰਬੰਧ 'ਚ। ਇਸ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਮਾਮਲਾ ਕੀ ਹੈ ਜਿਹੜਾ ਅੱਜ ਐਕਸੀਡੈਂਟ ਜਿਹੜਾ ਇਹ ਹੋਇਆ? ਐਕਸੀਡੈਂਟ ਹੋਇਆ ਜਲੰਧਰ ਤੋਂ, ਦੋਨੋਂ ਗੱਡੀਆਂ ਆ ਰਹੀਆਂ ਸੀਗੀਆਂ ਜੀ, ਇੱਕ ਦੂਜੇ ਨੂੰ ਓਵਰਟੇਕ ਕਰਦੇ ਸੀਗੇ ਜੀ, ਜਿਹੜੀ ਗੱਡੀ ਆ ਰਹੀ ਉਹ ਜ਼ਿਆਦਾ ਤੇਜ਼ ਸੀਗੀ, ਉਹ ਅੜੀਕਾ ਦੇ ਵਿੱਚ ਵੱਜ ਗਈ ਉਸੋਂ। ਕਿੰਨੇ ਲੋਕ ਸਵਾਰ ਸੀਗੇ ਸਰ? ਕਿੰਨੇ ਲੋਕ ਸਵਾਰ ਸੀ ਗੱਡੀ 'ਚ? ਤੇ ਬੰਦੇ ਠੀਕ ਠਾਕ ਆ ਜੀ? ਬੰਦੇ ਕਿੱਥੇ ਆ ਜੀ ਹੁਣ? ਸਿਵਲ ਹਸਪਤਾਲ ਚਲੇ ਗਏ, ਸਾਡੇ ਆਉਣ ਤੋਂ ਪਹਿਲਾਂ ਚਲ ਗਏ।